ਸਭ ਤੋਂ ਪਹਿਲੇ ਮੈਂ ਮਹਿਮਾਨ ਖਾਨ ਗੁੰਡੀ ਦਾ ਉਹਨਾਂ ਦੇ ਨਾਲ ਆਏ ਹੋਏ ਮਹਿਮਾਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸਾਰੇ ਇਲਾਕੇ ਕੋ ਆਪਣਾ ਇਲਾਕਾ ਸਮਝ ਕੇ ਸਾਡੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋ ਗਏ ਜਿੱਥੇ ਤੱਕ ਤੁਸੀਂ ਫਰਮੇ ਦੇ ਪਿਆਰੇ ਕਿਹੜੀ ਖਸੋਰ ਦਾ ਸਾਰੀ ਇਸ ਪੂਰੀ ਤਹਿਸੀਲ ਪਹਾੜਪੁਰੀ ਜਿਹੜਾ ਖਸੋਰ ਦਾ ਇਲਾਕਾ ਹੈ ਚਾਹੇ ਉਹ ਚਸ਼ਮਾ ਉਮਰ ਖੈਰ ਜਾਂ ਖਸੋਰ ਇਹ ਹਮੇਸ਼ਾ ਠਾਕੂ ਇੱਥੋਂ ਕ੍ਰਾਈਮ ਰੇਟ ਘੱਟ ਮਿਲਦੀ ਇੱਥੋਂ ਠਾਕੂ ਰਿਵਾਇਤ ਮਿਲਦੀ ਇਸ ਇਲਾਕੇ ਦੇ ਵਿੱਚ ਠਾਕੂ ਹਮੇਸ਼ਾ ਸਿਹਤਮੰਦ ਪਲੇਅਰ ਦਿਸਣ ਤਾਂ ਜਿਵੇਂ ਤੁਹਾਡੇ ਕੋਲ ਪਹਿਲੇ ਅਸਾਂ ਇਹ ਗੱਲ ਕਰਨ ਦੇ ਪਿਆ ਸੀ ਅਹਿਮਦ ਖਾਨ ਤੇ ਮੈਂ ਕਿ ਇਸ ਗਰਾਊਂਡ ਦੇ ਬਾਰੇ ਜਦੋਂ ਸੁਣਦੇ ਨੇ ਬੈਠਿਆ ਸੀ ਕਿ ਅਸਾਂ ਇਸ ਗਰਾਊਂਡ ਨੂੰ ਕਿਵੇਂ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਬਿਹਤਰ ਕਰ ਸਕਦੇ ਹਾਂ ਤੇ ਇਨਸ਼ਾਅੱਲਾ ਤਾਲਾ ਮੇਰੀ ਕਮੇਟੀ ਨਾਲ ਵੀ ਗੱਲ ਥਈ ਕਿ ਜੇਸ਼ੇ ਤੁਹਾਡੀ ਡਿਮਾਂਡ ਉਸ ਇਸ ਗਰਾਊਂਡ ਵਾਸਤੇ ਕੈਸਟੇਈ ਦੀ ਕੋਈ ਬਾਉਂਡਰੀ ਮੇਰੀ ਤੁਹਾਡੀ ਅੱਜ ਪੱਥਰਾਂ ਦੀ ਪਈ ਹੈ ਈਗੂ ਬਣਾਉਣ ਵਾਸਤੇ ਜਾਂ ਇਹਦੇ ਵਾਸਤੇ ਕੋਈ ਪਾਣੀ ਦਾ ਇੰਤਜ਼ਾਮ ਕਰਨਾ ਪਵੇ ਤਾਂ ਕਿ ਜਿਵੇਂ ਗ੍ਰੀਨ ਵੀ ਹੈ ਆਪਣੇ ਹਰ ਕਿਸਮ ਦੀ ਕੁਸ਼ਤੀ ਦੀ ਗਈ ਕਬੱਡੀ ਦੀ ਗਈ ਤਾਂ ਵਾਫ ਦੀ ਗਈ ਜੇ ਗੁਰਸਾ ਕਸ਼ੀ ਆ ਦੇਵੇ ਯਾਨੀ ਕਿ ਸਾਰੇ ਇਸ ਇਲਾਕੇ ਹਰ ਹਿਸਾਬ ਨਾਲ ਉਹ ਪਲੇਅਰ ਪੈਦਾ ਕੀਤੇ ਨੇ ਬਾਕੀ ਅਗਰ ਤਾਲੀਮ ਦਾ ਮੈਦਾਨ ਦੇਖੂਗਾ ਤਾਂ ਕਿਹੜੇ ਕਸੂਰ ਯੂਨਿਟ ਕੌਂਸਲ ਦੇ ਵਿੱਚ ਜਿੰਨੇ ਬੱਚੇ ਤਾਲੀਮ ਯਾਫਤਾ ਹੈ ਇਹ ਪੂਰੇ ਪ੍ਰਚਿਲ ਫਾਰਮੂਲਾ ਕੇ ਯੂਨਿਟ ਕੌਂਸਲ ਦੇ ਵਿੱਚ ਦੇ ਕੋਨੇ ਤਾਂ ਇਹ ਕ੍ਰੈਡਿਟ ਕਿਹੜੇ ਕਸੂਰ ਕੋ ਵੰਦੇ ਉਤੋਂ ਦੇ ਲੋਕਾਂ ਕੋ ਵੰਦੇ ਤੇ ਮੈਂ ਪਹਿਲੇ ਵੀ ਕਮੇਟੀ ਦਾ ਪਹਿਲੇ ਮੈਨੂੰ ਆਈ ਗਈ ਮੈਂ ਇਹਨਾਂ ਕੀ ਉਹ ਗੱਲ ਕੀਤੀ ਹੈ ਕਿ ਤੁਸੀਂ ਹੁਕਮ ਕੀਤਾ ਕਰੋ ਜਵਾਨਾਂ ਦੀ ਨਸ਼ੋ ਨਸ਼ਾ ਵਾਸਤੇ ਜਵਾਨਾਂ ਨੂੰ ਗਰਾਊਂਡ ਮੁਹੱਈਆ ਕਰਨ ਵਾਸਤੇ ਜਾਂ ਇਹਨਾਂ ਦੇ ਐਕਟੀਵਿਟੀਜ਼ ਵਾਸਤੇ ਅਸਾਂ ਕੋ ਜਿਹੜੇ ਫੋਰਮ ਦੇ ਉੱਤੇ ਇਸਤੇਮਾਲ ਕਰੇ ਤੋ ਅਸਾਂ ਫੀਸ ਦਿੱਤੀ ਤੇ ਜਿਹੜਾ ਸਾਰਾ ਹੱਥੋਂ ਵਸਲ ਸਾਡੀ ਕੋਈ ਸਾਡੀ ਆਪਣੀ ਹਸੀਅਤ ਹੋ ਗਈ ਉਹ ਹਸੀਅਤ ਦੇ ਰਹਿ ਕੇ ਤੁਹਾਡੀ ਮੁਰਾਦ ਹੀ ਕੀਤੀ ਗਈ ਤੇ ਇਨਸ਼ਾਅੱਲਾ ਤਾਲਾ ਨਵਾਦਾ ਦਾ ਅਹਿਮਦ ਖਾਨ ਵੀ ਖੜਾ ਹੈ ਇਨਸ਼ਾਅੱਲਾ ਸਾਰੇ ਕੋਲ ਜਿਹੜੀ ਤੁਹਾਡੀ ਡਿਮਾਂਡ ਹੈ ਇਨਸ਼ਾਅੱਲਾ ਇਹ ਇਲਾਕ ਦਾ ਜੋ ਛੋਟੇ ਮੋਟੇ ਸਾਰੇ ਇਨਸ਼ਾਅੱਲਾ ਇਰਾਦਾ ਹੈ ਕਿ ਤੁਹਾਨੂੰ ਇਸ ਗਰਾਊਂਡ ਨੂੰ ਇੱਕ ਐਸਾ ਗਰਾਊਂਡ ਬਣਾ ਕੇ ਦੇਵੋ ਕਿ ਇਸ ਕਥੋੜੀ ਦੇ ਵਿੱਚ ਇਸ ਗਰਾਊਂਡ ਦੀ ਪਹਿਚਾਣ ਹੋਵੇ ਇਹਨਾਂ ਗਾਲੀਆਂ ਦੇ ਨਾਲ ਮੈਂ ਕਮੇਟੀ ਨੂੰ ਉਹ ਮੁਬਾਰਕਬਾਦ ਪੇਸ਼ ਕਰੇਨਾ ਸਮਨਾਨੀ ਕੋ ਰਾਸ਼ਿਦ ਕੋ ਅਰਸ਼ਦ ਕੋ ਤੇ ਜਿਤਨੇ ਮੈਂ ਇਹਨਾਂ ਉਹਨਾਂ ਕੋ ਸਾਰਾ ਕੋ ਜੋ ਤੁਹਾਡਾ ਇੱਕ ਬਿਹਤਰੀਨ ਪ੍ਰੋਗਰਾਮ ਕੀਤਾ ਹੈ ਤੁਹਾਕੋ ਖੁਦਾ ਜ਼ਿੰਦਗੀ ਦੇਵੇ ਤਾਂ ਕਿ ਉਹ ਜੇ ਖੇਡਾ ਸਾਡੇ ਲਾਗੇ ਹਮੇਸ਼ਾ ਥਿੰਦੇ ਰਾਵੇ ਤੇ ਸਾਰੇ ਲੋਕ ਹਮੇਸ਼ਾ ਬੁਰਾਈ ਕੋ ਬਚ ਕੇ ਨਾ ਖੇਡ ਤੇ ਸਾਰੇ ਜਮਾਨੇ ਨੂੰ ਤਵੱਜੋ ਹੋਵੇ ਬੜੀ ਮਿਹਰਬਾਨੀ ਅਸਾਂ ਹਮੇਸ਼ਾ ਤੁਹਾਡੇ ਸਾਥ ਹੈ ਬੜੀ ਮਿਹਰਬਾਨੀ